Kamaima College School of Nursing BC ਦੇ ਰਜਿਸਟਰਡ ਹੈਲਥ ਕੇਅਰ ਅਸਿਸਟੈਂਟ ਟ੍ਰੇਨਿੰਗ ਪ੍ਰੋਵਾਈਡਰ ਹਨ। ਇਹਨਾਂ ਕੋਲ ਵਿਦਿਆਰਥੀਆਂ ਨੂੰ ਉੱਚ ਮਿਆਰ ਦੀ ਵਿੱਦਿਆ ਦੇਣ ਲਈ ਵਚਨਬੱਧ ਸਰਟੀਫਾਈਡ ਟੀਚਰਸ ਹਨ। ਰੈਜ਼ੀਡੈਂਟ ਕੇਅਰ ਏਡ, ਹੈਲਥ ਕੇਅਰ ਅਸਿਸਟੈਂਟ, ਲੌਂਗ ਟਰਮ ਕੇਅਰ ਏਡ, ਹੋਮ ਸਪੋਰਟ ਵਰਕਰ, ਇੰਟਰਨੈਸ਼ਨਲੀ ਐਜੂਕੇਟਡ ਨਰਸ ਲਾਇਸੈਂਸ਼ਰ ਪ੍ਰਿਪਰੇਸ਼ਨ, ਪ੍ਰੀਨੇਟਲ ਕਲਾਸਿਸ ਐਂਡ ਅਦਰ ਨਰਸਿੰਗ ਵਰਕਸ਼ਾਪਸ। PCTIA ਤੋਂ ਮਾਨਤਾ ਪ੍ਰਾਪਤ ਕਮਾਇਮਾ ਕਾਲਜ ਨੂੰ ਕਾਲ ਕਰੋ 604-593-5178। ਬ੍ਰੇਕ ਤੋਂ ਪਹਿਲਾਂ ਅਸੀਂ ਸੁਣਿਆ ਸੀ ਪ੍ਰੀਤ ਮਰਵਾਹਾ ਨੇ, ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਸਮੂਦੀਜ਼ ਕਿਵੇਂ ਬਣਾਉਣੀਆਂ ਨੇ। ਸੋ ਜਿਸ ਤਰ੍ਹਾਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਬ੍ਰੇਕ ਤੋਂ ਬਾਅਦ ਡੈਮੋਨਸਟ੍ਰੇਸ਼ਨ ਕਰਕੇ ਦਿਖਾਵਾਂਗੇ। ਸੋ ਆਓ ਹੁਣ ਦੇਖਦੇ ਹਾਂ ਕਿ ਕਿਵੇਂ ਅਸੀਂ ਇੱਕ ਚੰਗੀ ਸਮੂਦੀ ਬਣਾ ਸਕਦੇ ਹਾਂ। ਸੋ ਤੁਸੀਂ ਜੀ ਇਹ ਬਨਾਨਾਜ਼ ਜਿਹੜੇ ਇਹਨਾਂ ਨੂੰ ਪੀਲ ਆਫ ਕਰ ਰਹੇ ਹੈਗੇ? ਹਾਂਜੀ। ਓਕੇ ਜੀ, ਅਤੇ ਬਨਾਨਾਜ਼ ਦਾ ਕੀ ਐਡਵਾਂਟੇਜਿਸ ਹੈਗੇ? ਬਹੁਤ। ਸੋ ਪਰਟੀਕੁਲਰਲੀ ਜਿਹੜੇ ਕੋਈ ਸਪੋਰਟਸ ਨਿਊਟ੍ਰੀਸ਼ਨ ਅਸੀਂ ਗੱਲ ਕਰਦੇ ਹਾਂ, ਸੋ ਆਈ ਡੂ ਅ ਲੋਟ ਆਫ ਵਰਕ ਵਿਦ ਸਪੋਰਟਸ ਨਿਊਟ੍ਰੀਸ਼ਨ ਟੀਮਸ ਐਂਡ ਐਥਲੀਟਸ। ਓਕੇ, ਦ ਫਰਸਟ ਫੂਡ ਵੀ ਗੈਟ ਦੈਮ ਟੂ ਈਟ ਇਜ਼ ਬਨਾਨਾਜ਼। ਓਕੇ, ਬਨਾਨਾਜ਼ ਦੇ ਵਿੱਚ unbelievable health benefits hai particularly for sports nutrition. Theek, best source of potassium ji, best source of fuel or glucose ji for the cells, and jehdi release of glucose it's amazingly balanced. Okay, jehdi hai tuhanu ikdam energy mil jandi, it's a nice slow sustained energy. Theek hai ji. So kela ek roz da zarur khana chahida? Yeah, main ta 12 khanda roz. Haan ji, 12 lagda nahi tuhanu lagda hai? Yeah. Okay, and smoothie vich vi kela zarur pana chahida. Bilkul. Okay, aur ki pa sakne hai ji? So assi pehla assi let's make a chocolate milkshake. Okay, sure, everybody loves chocolate milkshakes. Oh yeah, absolutely, right? So assi really simple ingredients chocolate milkshake banaunge. First one hai ki badam da dudh. Acha ji, eh kivein banaya ji tusi? Eh hai main kal raati banaya siga ji, badam cut ke vich pani paaya. Assi badam pehla piyonge 24 ghante layi piyonge ji, us to baad badam changi tarah ਧੋ ਕੇ ਰਿੰਸ ਕਰਕੇ ਬਲੈਂਡਰ ਵਿੱਚ ਪਾ ਕੇ ਪਾਣੀ ਵਿੱਚ ਪਾ ਕੇ ਜੀ ਔਨ, ਦੈਟਸ ਇਟ। ਅੱਛਾ, ਸੋ ਇਹ ਰੰਗ ਆ ਜਾਂਦਾ ਇਹਦਾ? ਇਹ ਰੰਗ ਆ ਜਾਂਦਾ। ਓਕੇ, ਇਹਦੇ ਜਿਹੜੇ ਮਿਠਾਸ ਹੁੰਦਾ ਨਾ ਜੀ, ਇਟਸ ਅਨਬਲੀਵੇਬਲ। ਕੋਈ ਨਹੀਂ, ਹੁਣੇ ਪਤਾ ਲੱਗ ਜਾਣਾ ਜੀ ਕਿੰਨੀ ਮਿਠਾਸ ਹੈ, ਪੀ ਕੇ ਪਤਾ ਲੱਗ ਜਾਏਗਾ ਹੈ। ਸੋ ਪਹਿਲਾ ਇੰਗਰੀਡੀਅੰਟ ਹੈਗਾ ਸਾਡਾ ਤਾਜ਼ਾ ਤਾਜ਼ਾ, ਠੀਕ ਹੈ, ਬਦਾਮ ਦਾ ਦੁੱਧ। ਕਿਸੇ ਨੇ ਦੁੱਧ ਪਾਣਾ ਤਾਂ ਦੁੱਧ ਵੀ ਪਾ ਸਕਦਾ, ਡੇਅਰੀ ਮਿਲਕ ਯੈਸ ਇਫ ਦੇ ਵਾਂਟ। ਯੈਸ ਇਫ ਦੇ ਵਾਂਟ, ਰਾਈਟ, ਯਾ ਇਫ ਦੇ ਵਾਂਟ। So put in the bananas in baaki this. Baaki fir kele. Theek hai ji. And then ohde naal chocolate jehda tusi keh rahe si. Yes. So we use raw cacao powder. Okay. Matlab hai jehdi cacao powder hai ne. It's bilkul unprocessed. Okay. And jinne vi ohde nutritional benefits hunde ji, antioxidants, magnesium, manganese, potassium, niacin, iron, they're all intact. Okay. Okay, just eat chocolate, just eat, chocolate bar we got a khane na, or we buy in the stores processed chocolate with the nutritional value chal jandi hai. Okay. Because it's been cooked at high temperatures. Right. So processed. Anything which is cooked at high temperature, it loses its nutritional value. It loses its nutritional value. So ye paata ji te hun chini kithe gi? Chini nazar nahi aa rahi. Chitti chini kithe gi? Oh, akele. You're not going to put sugar in this? No. Okay. No. All the sweetness is going to come from the bananas. Okay. Yeah. Right. So for it hun tusi chocolate changi khale na? Ji ji. So ਇਹ ਤੁਸੀਂ ਜਿੰਨਾ ਮਰਜ਼ੀ ਵਿੱਚ ਪਾ ਸਕਦੇ ਹੋ। ਅੱਛਾ ਜੀ, ਟੂ ਦੋ ਸਪੀਨ, ਦੋ ਤੋਂ ਤਿੰਨ ਸਪੂਨ ਪਾ ਲਓ ਤੁਸੀਂ, 4-5-6 ਜਿੰਨੇ ਮਰਜ਼ੀ ਪਾਣੇ ਹੋਵੇ। ਓਕੇ, ਜਿੰਨੀ ਜ਼ਿਆਦਾ ਚਾਕਲੇਟ ਫਲੇਵਰ ਤੁਹਾਨੂੰ ਚਾਹੀਦੀ ਹੈ, ਠੀਕ ਹੈ, ਬਸ ਬਹੁਤ ਹੈ ਜੀ, ਦੈਟਸ ਇਨਫ, ਠੀਕ ਹੈ। ਇੱਕ ਵਾਰ ਚੀਨੀ ਤੋਂ ਬਗੈਰ ਤਾਂ ਮਿੱਠਾ ਨਹੀਂ ਹੋਏਗਾ, ਸਵਾਦ ਕਿਸ ਤਰ੍ਹਾਂ ਆਏਗਾ? ਇਹ ਕੀ ਹੈ ਜੀ? ਇਹ ਹੈਗਾ ਅਗੇਨ ਕਕਾਓ ਅਤੇ ਥੋੜ੍ਹੀ ਸੁਪਰ ਫੂਡ ਮਿਕਸ ਹੈ। ਅੱਛਾ ਜੀ, ਸੋ ਵਿੱਚ ਹੋਰ ਕਈ ਚੀਜ਼ਾਂ, ਮਿਸਕੀਡ, ਮੈਕਾ, ਥੋੜੀ ਵਿੱਚ ਕੋਕੋਨਟ, ਸਾਰਾ ਮਿਕਸ ਕੀਤਾ, ਸਾਰਾ ਮਿਕਸ ਕੀਤਾ, ਠੀਕ ਹੈ ਜੀ। ਪ੍ਰੀਮਿਕਸ, ਸੋ ਇਹ ਕਿੰਨੇ ਕੁ ਸਪੂਨ ਪਾਣੇ ਨੇ? ਇਹ ਤੁਸੀਂ ਇਹ ਵੀ 3 ਪਾ ਲੈਣੇ। ਓਕੇ ਜੀ, 3 ਸਪੂਨ ਇਹਦੇ ਪਾ ਲੈ, ਠੀਕ ਹੈ ਜੀ। ਐਂਡ ਦੈਟਸ ਇਟ, ਬਰਫ ਪਾਈ ਤੇ ਨਾਲ ਇਹਨੂੰ ਬਸ ਔਨ ਕੀਤਾ ਤੇ ਬਣ ਗਿਆ? ਯਾ ਬਰਫ ਦੀ ਲੋੜ ਨਹੀਂ ਹੈਗੀ। ਅੱਛਾ ਜੀ, ਐਂਡ ਇਹ ਔਨ ਕਰਕੇ ਜੀ ਮੇ ਵੀ ਇੱਕ ਦੋ ਹੋਰ ਕੇਲਾ ਵਿੱਚ ਪਾ ਦੂੰਗੇ, ਠੀਕ। ਪਹਿਲਾਂ ਲੈਟਸ ਟੈਸਟ ਇਟ, ਰਾਈਟ, ਇਹਦੀ ਕੰਸਿਸਟੈਂਸੀ ਕੀ ਹੋਗੀ? ਅੱਛਾ ਜੀ, ਉਸ ਤੋਂ ਬਾਅਦ ਦੈਨ ਵੀ ਉਹ। ਸੋ ਕਿੰਨੀ ਦੇਰ ਇਹਨੂੰ ਤੁਸੀਂ ਚਲਾ ਕੇ ਰੱਖਦੇ ਹੋ ਜੀ? ਬਸ 30 ਸੈਕਿੰਡਸ, ਰਾਈਟ, ਐਂਡ ਜਸਟ ਇਟ ਮਿਕਸਸ ਐਂਡ ਦੈਟਸ ਇਜ਼ ਰੈਡੀ ਟੂ ਗੋ। ਰੈਡੀ ਟੂ ਗੋ, ਓਕੇ। ਵਾਓ, ਦੈਟਸ ਨਾਈਸ। ਇਹ ਜੀ ਇੱਕ ਤੋਂ ਕੇਲਾ ਹੋਰ ਵਿੱਚ ਪਾ ਦੇ। ਅੱਛਾ ਜੀ, ਜਸਟ ਟੂ ਗੈਟ ਦ ਰਾਈਟ texture, okay, and consistency. Sure, right. Milkshake chahiye na, it's all about texture. Acha ji, jaise aap milkshake peene hai, right, the texture bilkul sahi honi chahiye. Okay, and again as you said, kele bhi organic hai ke nahi? Haan ji, bilkul ji, everything 100%. Lo ji, thank you ji. Anything more? No, that's okay, it. Okay ji, so banana paya, see almond milk paya, and then we put in some cacao, cacao and a little bit of that superfood, what do you call superfood mix? Okay, yeah, that's it.
ਮਤਲਬ ਛੇਤੀ ਛੇਤੀ ਕਰੋ ਜੀ ਹੁਣ ਤਾਂ ਰਾਈਟ ਇਹਦੀ ਵੀ ਵੇਰੀਏਸ਼ਨ ਜਿਹੜੀ ਤੁਸੀਂ ਰੱਖੀ ਹੋਈ ਹੈ ਕਿੰਨੀ ਕੁ ਦੇਰ 30 ਸੈਕਿੰਡ 40 ਸੈਕਿੰਡ ਬਸ ਦੈਟਸ ਇਟ ਬਸ ਬਸ ਦੈਟਸ ਇਟ ਯਾ ਬੋਲੀ ਲੋੜ ਨਹੀਂ ਹੈਗੀ ਠੀਕ ਹੈ ਸੋ ਥਿਕਨੈਸ ਕਿੰਨੀ ਕੁ ਹੋਣੀ ਚਾਹੀਦੀ ਇਹਦੀ ਜਸਟ ਲਾਈਕ ਅ ਮਿਲਕ ਸ਼ੇਕ ਓਕੇ ਯਾ ਰਾਈਟ ਜਸਟ ਲਾਈਕ ਅ ਮਿਲਕ ਸ਼ੇਕ ਸੋ ਇਨਸਟੈਡ ਆਫ ਦ ਪੇਰੈਂਟਸ ਗੋਇੰਗ ਆਊਟਸਾਈਡ ਐਂਡ ਬਾਇੰਗ ਦੇਅਰ ਚਿਲਡਰਨ ਫਰੋਮ ਦ ਮਾਰਕੀਟ ਘਰ ਬਣਾਓ ਤਾਂ ਕਿ ਬੈਟਰ ਦੀ ਨਿਊਟ੍ਰੀਸ਼ਨ ਬਣੀ ਇਹ ਤੁਸੀਂ ਚੀਨੀ ਦੀ ਗੱਲ ਕੀਤੀ ਸੀ ਜੀ ਕੋਈ ਚੀਨੀ ਪਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਬਾਹਰ ਜਾ ਕੇ ਸਮੂਹੀ ਲਓ ਉਹ ਤਾਂ ਆਫ ਕੋਰਸ ਚੀਨੀ 30 40 50 ਗ੍ਰਾਮ ਸ਼ੂਗਰ ਦੇ ਵਿੱਚ ਪਾਏ ਹੁੰਦੇ ਆ ਰਾਈਟ ਦੈਟ ਇਜ਼ ਸੋ ਹੇਅਰ ਇਟ ਇਜ਼ ਦੈਟਸ ਇਟ ਦੈਟਸ ਗ੍ਰੇਟ ਸੋ ਹੇਅਰ ਵੀ ਆਰ ਵਿਦ ਆਰ ਸੁਪਰ ਸਮੂਦੀ ਹਾਂਜੀ ਹਾਂਜੀ ਤੋ ਇਟ ਇਜ਼ ਦ ਚਾਕਲੇਟ ਸਮੂਦੀ ਜੀ ਵਿਦ ਆਲਮੰਡ ਮਿਲਕ ਵਿਦ ਆਲਮੰਡ ਮਿਲਕ ਵਾਓ ਥੈਂਕ ਯੂ ਥੈਂਕਸ It is delicious, no doubt about it. It's really good. Yeah. Thank you. Cheers. Cheers. Really good. So, ਦੇਖਿਆ ਤੁਸੀਂ ਕਿ ਘਰ ਦੇ ਵਿੱਚ ਹੀ ਤੁਸੀਂ ਬਹੁਤ ਵਧੀਆ ਸਮੂਦੀਜ਼ ਬਣਾ ਸਕਦੇ ਹੋ ਜਿਸ ਤਰ੍ਹਾਂ ਕਿ ਪ੍ਰੀਤ ਮਰਵਾਹ ਨੇ ਸਾਨੂੰ ਦਿਖਾਇਆ ਜ਼ਰੂਰਤ ਨਹੀਂ ਕਿ ਬੱਚਿਆਂ ਨੂੰ ਬਾਹਰ ਜਾ ਕੇ ਲਿਜਾਣ ਕੇ ਇਹ ਚੀਜ਼ਾਂ ਖਵਾਉਣੀਆਂ ਕਿਉਂਕਿ ਨਿਊਟ੍ਰੀਸ਼ਨਲ ਵੈਲਿਊ ਜਿਹੜੀ ਹੈਗੀ ਹੈ ਉਹ ਘਰ ਦੇ ਵਿੱਚ ਹੀ ਚੀਜ਼ਾਂ ਦੀ ਬਿਹਤਰ ਹੋ ਸਕਦੀ ਹੈ